ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਚੇਤਨ ਕਸ਼ਯਪ। ਸੋ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਲਗਾਤਾਰ ਅਦਾਰਾ ਹੁਸ਼ਿਆਰਪੁਰ ਨਿਊਜ਼ ਚੈਨਲ ਵੱਲੋਂ ਬੀਤੇ 4 ਦਿਨਾਂ ਤੋਂ ਲੜੀ ਚਲਾਈ ਜਾ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਕੌਂਸਲਰਾਂ ਦੀ ਹਾਲਤ ਜੋ ਬਣੀ ਹੋਈ ਹੈ ਉਸ ਤੋਂ ਲਗਾਤਾਰ ਤੁਹਾਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਤਾਂ ਉਹਨਾਂ ਸਾਹਮਣੇ ਵੀ ਦੁੱਖੜੇ ਰੋਏ ਗਏ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਸਖਤਾਈ ਦੇ ਨਾਲ ਕਿਹਾ ਵੀ ਗਿਆ ਸੀ ਅਫਸਰ ਸਾਹਿਬਾਨ ਨੂੰ ਕਿ ਉਹਨਾਂ ਦੇ ਵਾਰਡਾਂ ਦੇ ਵਿੱਚ ਜਿਹੜੇ ਰਹਿੰਦੇ ਕੰਮ ਨੇ ਉਹ ਜਲਦ ਤੋਂ ਜਲਦ ਕਰਵਾਏ ਜਾਣ। ਅਤੇ ਉਸ ਤੋਂ ਠੀਕ ਅਗਲੇ ਦਿਨ ਇੱਕ ਆਮ ਆਦਮੀ ਪਾਰਟੀ ਦੇ MC ਦੇ ਘਰ ਨਵ ਨਿਯੁਕਤ ਸਾਂਸਦ ਡਾਕਟਰ ਰਾਜਕੁਮਾਰ ਚੱਬੇਵਾਲ ਪਹੁੰਚਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਕੌਂਸਲਰ ਉਸ ਕੌਂਸਲਰ ਦੇ ਘਰ ਵੀ ਪਹੁੰਚਦੇ ਨੇ ਜਿੱਥੇ ਕਿ ਉਹਨਾਂ ਵੱਲੋਂ ਡਾਕਟਰ ਰਾਜਕੁਮਾਰ ਦੇ ਸਾਹਮਣੇ ਵੀ ਆਪਣੀਆਂ ਸਮੱਸਿਆਵਾਂ ਨੂੰ ਚੁੱਕਿਆ ਜਾਂਦਾ ਜਿਸ ਤੋਂ ਬਾਅਦ ਸਾਂਸਦ ਡਾਕਟਰ ਰਾਜਕੁਮਾਰ ਵੱਲੋਂ ਉਹਨਾਂ ਨੂੰ ਭਰੋਸਾ ਦਵਾਇਆ ਜਾਂਦਾ ਹੈ ਕਿ ਜਲਦ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਮੰਤਰੀ ਸਾਹਿਬਾਨ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਸੋ ਹੁਣ ਬੀਤੇ ਕੱਲ੍ਹ ਦਿਨ ਐਤਵਾਰ ਨੂੰ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਅਤੇ ਨਵ ਨਿਯੁਕਤ ਸਾਂਸਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਧੰਨਵਾਦੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਜੋ ਵੋਟਰ ਸਪੋਟਰ ਉਹਨਾਂ ਦੇ ਪਹੁੰਚੇ ਹੋਏ ਸਨ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਵੱਡੀ ਜਿੱਤ ਦਰਜ ਕੀਤੀ ਹੈ। ਸੋ ਜਿੱਤ ਤੋਂ ਬਾਅਦ ਲਗਾਤਾਰ ਡਾਕਟਰ ਰਾਜਕੁਮਾਰ ਚੱਬੇਵਾਲ ਧੰਨਵਾਦੀ ਪ੍ਰੋਗਰਾਮ ਵੀ ਕਰ ਰਹੇ ਨੇ ਤਾਂ ਕੱਲ੍ਹ ਹੁਸ਼ਿਆਰਪੁਰ ਦੇ ਵਿੱਚ ਧੰਨਵਾਦੀ ਪ੍ਰੋਗਰਾਮ ਉਲੀਕਿਆ ਹੋਇਆ ਸੀ ਤਾਂ ਉਸ ਥਾਂ 'ਤੇ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦਾ ਉਕਤ ਧੜਾ ਜਿਹੜਾ ਉਹ ਗੈਰ ਹਾਜ਼ਰ ਰਿਹਾ ਗਾਇਬ ਰਿਹਾ ਜਿਸ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੁਸ਼ਿਆਰਪੁਰ ਦੀ ਸਿਆਸਤ ਦੇ ਵਿੱਚ ਇੱਕ ਵਾਰ ਮੁੜ ਤੋਂ ਚਰਚਾ ਜਿਹੜੀ ਉਹ ਛੇੜ ਦਿੱਤੀ ਹੈ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਅਤੇ ਮੰਤਰੀ ਬ੍ਰਹਮਸ਼ੰਕਰ ਚਿੰਪਾ ਦੇ ਵਿਚਕਾਰ ਦੂਰੀਆਂ ਵੱਧਦੀਆਂ ਜਾ ਰਹੀਆਂ ਨੇ। ਸੋ ਇਹਨਾਂ ਦੇ ਕਾਰਨ ਕਿਤੇ ਨਾ ਕਿਤੇ ਜਿਹੜਾ ਵੱਡਾ ਨੁਕਸਾਨ ਹੈ ਉਹ ਵਾਰਡ ਵਾਸੀਆਂ ਦਾ ਹੋ ਰਿਹਾ ਕਿਉਂਕਿ ਕੌਂਸਲਰ ਸਾਹਿਬਾਨ ਵੀ ਆਪਣੀ ਥਾਂ 'ਤੇ ਬਿਲਕੁਲ ਠੀਕ ਨੇ। ਉਹਨਾਂ ਦਾ ਸਿੱਧੇ ਤੌਰ 'ਤੇ ਕਹਿਣਾ ਕਿ ਉਹਨਾਂ ਦੇ ਕੰਮ ਹੈ ਜਿਹੜੀ ਉਹਨਾਂ ਦੀ ਪੁੱਛ ਪੜਤਾਲ ਹੈ ਉਹ ਨਗਰ ਨਿਗਮ ਦੇ ਵਿੱਚ ਨਹੀਂ ਹੋ ਰਹੀ ਹੈ, ਸਿਰਫ ਤੇ ਸਿਰਫ ਨਗਰ ਨਿਗਮ ਦੇ ਵਿੱਚ ਉਹੀ ਹੋ ਰਿਹਾ ਜੋ ਕਿ ਇਹ ਮੰਤਰੀ ਸਾਹਿਬਾਨ ਦਾ ਕੋਈ ਨਜ਼ਦੀਕੀ ਆ ਨਗਰ ਨਿਗਮ ਦੇ ਵਿੱਚ ਬੈਠਾ ਹੋਇਆ। ਸੋ ਇਹੀ ਦੋਸ਼ ਜਿੱਥੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਲਗਾਏ ਜਾ ਰਹੇ ਨੇ ਉਹੀ ਦੋਸ਼ ਬੀਤੇ 2 ਦਿਨ ਪਹਿਲਾਂ ਜਦੋਂ ਮੈਂ ਵਿਰੋਧੀ ਕੌਂਸਲਰਾਂ ਦੀ ਯਾਨੀ ਕਿ ਭਾਜਪਾ ਅਤੇ ਕਾਂਗਰਸ ਦੇ ਇੱਕ ਕੌਂਸਲਰ ਦੀ ਇੰਟਰਵਿਊ ਕੀਤੀ ਸੀ ਸਟੂਡੀਓ ਰੂਮ ਰਾਹੀਂ ਤਾਂ ਉਹਨਾਂ ਵੱਲੋਂ ਵੀ ਇਹੀ ਦੋਸ਼ ਲਗਾਇਆ ਜਾ ਰਿਹਾ ਸੀ ਕਿ ਮੇਅਰ ਸਾਹਿਬ ਤਾਂ ਨਗਰ ਨਿਗਮ ਦੇ ਵਿੱਚ ਜ਼ਰੂਰ ਬੈਠੇ ਹੋਏ ਨੇ ਪਰੰਤੂ ਮੇਅਰ ਸਾਹਿਬ ਦੀ ਵੀ ਕੋਈ ਵਾਹ ਪੇਸ਼ ਨਹੀਂ ਚੱਲਦੀ ਹੈ। ਸੋ ਉੱਥੇ ਇੱਕ ਸੁਪਰ ਮੇਅਰ ਦੀ ਤੈਨਾਤੀ ਹੈ ਜਿਹੜੀ ਉਹ ਕੀਤੀ ਹੋਈ ਹੈ। ਹਾਲਾਂਕਿ ਇਹਨਾਂ ਸਾਰੀਆਂ ਗੱਲਾਂ ਤੋਂ ਕੌਣ ਹੈ ਉਕਤ ਇਨਸਾਨ ਜਿਸ 'ਤੇ ਲਗਾਤਾਰ ਨਾਮ ਉਹਨਾਂ ਦਾ ਨਹੀਂ ਦੱਸਿਆ ਜਾ ਰਿਹਾ ਦੋਸ਼ ਲੱਗ ਰਹੇ ਨੇ, ਜਾਂ ਤਾਂ ਇੱਕ ਕੌਂਸਲਰ ਸਾਹਿਬਾਨ ਭਲੀ ਭਾਂਤ ਜਾਣਦੇ ਨੇ ਜਾਂ ਫਿਰ ਖੁਦ ਕੈਬਨਿਟ ਮੰਤਰੀ ਦੱਸ ਸਕਦੇ ਨੇ ਜਾਂ ਕਮੇਟੀ ਦੇ ਅਫਸਰ ਸਾਹਿਬਾਨ ਦੱਸ ਸਕਦੇ ਨੇ। ਸੋ ਮੈਂ ਕੌਂਸਲਰ ਸਾਹਿਬਾਨਾਂ ਨੂੰ ਵੀ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਵੀ ਅਪੀਲ ਕਰਨਾ ਚਾਹਾਂਗਾ ਹੁਸ਼ਿਆਰਪੁਰ ਨਿਊਜ਼ ਦੇ ਜ਼ਰੀਏ ਕਿ ਤੁਹਾਡੇ ਦੋਹਾਂ ਵਿਚਕਾਰ ਮਤਲਬ ਕਿ ਮੰਤਰੀ ਵਰਸਸ ਕੌਂਸਲਰਾਂ ਦੇ ਵਿਚਕਾਰ ਜੋ ਇਹ ਰੇਡਕਾ ਚੱਲਿਆ ਆ ਰਿਹਾ ਉਸ ਨੂੰ ਜਲਦ ਤੋਂ ਜਲਦ ਖਤਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਜਿੱਥੇ ਲੋਕਾਂ ਨੂੰ ਚਰਚਾਵਾਂ ਕਰਨ ਦਾ ਵਿਸ਼ਾ ਮਿਲ ਰਿਹਾ ਉੱਥੇ ਹੀ ਜ਼ਿਆਦਾਤਰ ਨੁਕਸਾਨ ਹੈ ਜਿਹੜਾ ਉਹ ਵਾਰਡ ਵਾਸੀਆਂ ਦਾ ਹੋ ਰਿਹਾ ਕਿਉਂਕਿ ਵਾਰਡਾਂ ਦੇ ਵਿੱਚ ਬਹੁਤ ਸਾਰੇ ਵਾਰਡਾਂ ਦੇ ਵਿੱਚ ਜਿਹੜੇ ਉਹ ਕੰਮ ਰੁਕੇ ਪਏ ਨੇ, ਗਲੀਆਂ ਦਾ ਨਿਰਮਾਣ ਹੋਣਾ ਬਾਕੀ ਹੈ, ਸਟਰੀਟ ਲਾਈਟਾਂ ਦਾ ਚੱਲਣੀਆਂ ਜਿਹੜੀਆਂ ਬਾਕੀਆਂ ਨੇ। ਸੋ ਇਹਨਾਂ ਸਭ ਦੇ ਵਿਚਾਲੇ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਉਹ ਵਾਰਡ ਵਾਸੀਆਂ ਦਾ ਹੋ ਰਿਹਾ। ਸੋ ਦੋਹਾਂ ਹੀ ਪਾਰਟੀਆਂ ਨੂੰ ਮੇਰੀ ਅਪੀਲ ਹੈ ਕਿ ਤੁਹਾਡੇ ਦੋਵਾਂ ਦੇ ਵਿਚਕਾਰ ਜੋ ਰੇੜਕਾ ਚੱਲਿਆ ਆ ਰਿਹਾ ਉਸ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਹੈ ਉਹ ਨਿਪਰੇ ਚੜ੍ਹ ਸਕਣ।